ਹਾਂਜੀ ਤਾਂ ਵੈਲਕਮ ਬੈਕ ਇੱਕ ਵਾਰ ਫੇਰ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਹੋਵੋਗੇ ਆ ਲਾਸਟ ਵੀਡੀਓ ਜਿਹੜੀ ਅਪਲੋਡ ਕੀਤੀ ਸੀ ਉਹਦੇ ਵਿੱਚ ਮੈਂ ਕਿਹਾ ਸੀ ਕਿ ਮੈਂ ਟਰਾਈ ਕਰਾਂਗਾ ਕਿ ਇਟਲੀ ਦੇ ਜਿੰਨੇ ਵੀ ਸਿਟੀ ਨੇ ਨੇਪੋਲੀ ਹੋ ਗਿਆ ਵੀਨਸ ਹੋ ਗਿਆ ਮਲਾਨ ਹੋ ਗਿਆ ਤੇ ਜਿੰਨੇ ਵੀ ਹੋਰ ਇਟਲੀ ਦੇ ਸਿਟੀ ਨੇ ਜਿੰਨਾ ਵਿੱਚ ਤੁਸੀਂ ਆਪਣਾ ਨੋਲਾ ਉਸ ਦਾ ਅਪਲਾਈ ਕੀਤਾ ਹੈ ਬਟ ਹਾਈਏ ਤੱਕ ਕੋਈ ਵੀ ਰਿਸਪਾਂਸ ਨਹੀਂ ਆਉਂਡਿਆ ਨੋਲਾ ਉਸਤਾ ਦੀ ਲੇਟੈਸਟ ਅਪਡੇਟ ਦਾ ਤੁਸੀਂ ਜਿਹਦੇ ਜ਼ਰੀਏ ਵੀ ਅਪਲਾਈ ਕੀਤਾ ਹੈ ਆਪਣੇ ਕਿਸੇ ਰਿਸ਼ਤੇਦਾਰ ਦੇ ਜ਼ਰੀਏ ਅਪਲਾਈ ਕੀਤਾ ਹੈ ਜਾਂ ਫਿਰ ਕਿਸੇ ਵੀ ਹੋਰ ਜ਼ਰੀਏ ਤੁਸੀਂ ਅਪਲਾਈ ਕੀਤਾ ਬਟ ਹਾਈਏ ਤੱਕ ਤੁਹਾਨੂੰ ਕੋਈ ਵੀ ਰਿਸਪਾਂਸ ਨਹੀਂ ਆਉਂਡਿਆ ਅੱਗੋਂ ਤੇ ਤੁਸੀਂ ਤਾਂ ਲਗ ਮੈਂਟ ਬਾਕਸ ਦੇ ਵਿੱਚ ਉਸ ਸਿਟੀ ਦਾ ਨਾਮ ਮੈਂਸ਼ਨ ਕਰ ਸਕਦੇ ਹੋ ਕਾਫੀ ਜ਼ਿਆਦਾ ਵੀਰਾਂ ਨੇ ਵੱਖ-ਵੱਖ ਕਿੱਟਲੀ ਦੇ ਸਿਟੀਆਂ ਦਾ ਨਾਮ ਮੈਂਸ਼ਨ ਕੀਤਾ ਜਿੱਤੇ ਉਹਨਾਂ ਨੋਲਾ ਉਸਤਾ ਅਪਲਾਈ ਕੀਤਾ ਹੈ ਇਸ ਵੀਡੀਓ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਜਿੱਤੇ ਸਾਬਨ ਨੂੰ ਬਹੁਤੇ ਨੋਲਾ ਉਸ ਦਾ ਅਪਲਾਈ ਕੀਤੇ ਗਏ ਨੇ ਰੋਮ ਦੇ ਵਿੱਚ ਪਾਕਿਸਤਾਨੀਆਂ ਦੇ ਇੰਡੀਅਨਸ ਦੇ ਬੰਗਲਾਦੇਸ਼ ਦੇ ਅਫਗਾਨਿਸਤਾਨ ਦੇ ਸਿਟੀਜ਼ਨ ਦੇ শ্রীলੰਕਾ ਦੇ ਤੇ ਹੋਰ ਵੀ ਕਾਫੀ ਜ਼ਿਆਦਾ ਕੰਟਰੀ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਇਟਲੀ ਦੇ ਸਿਟੀ ਰੋਮ ਦੇ ਵਿੱਚ ਆਪਣਾ ਸੀਜ਼ਨਲ ਨੋਨ ਸੀਜ਼ਨਲ ਨੋਲਾ ਉਸ ਦਾ ਅਪਲਾਈ ਕੀਤਾ ਵੇ ਤੇ ਜਿੰਨੇ ਵੀ ਮੇਰੇ ਵੀਰ ਜਾਣਨ ਵਾਲੇ ਨੇ ਆ ਪਾਕਿਸਤਾਨ ਦੇ ਇੰਡੀਆ ਦੇ ਬੰਗਲਾਦੇਸ਼ ਦੇ ਮੋਸਟਲੀ ਆ ਮੇਰੇ ਜਿਹੜੇ ਲਿੰਕ ਨੇ ਉਹ ਇਨ੍ਹਾਂ ਤਿੰਨਾਂ ਕੰਟਰੀਆਂ ਦੇ ਵਿੱਚ ਨੇ ਜਿੰਨੇ ਵੀ ਮੇਰੇ ਯਾਰ ਦੋਸਤ ਨੇ ਜਾਂ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਨੇ ਜਾਂ ਜਿੰਨੇ ਵੀ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਜ਼ਰੀਏ ਮੇਰੇ ਨਾਲ ਲਿੰਕ ਨੇ ਜਿਨ੍ਹਾਂ ਇਟਲੀ ਦਾ ਸੀਜ਼ਨਲ ਜਾਂ ਫਿਰ ਨੌਨ ਸੀਜ਼ਨਲ ਵੀਜ਼ਾ ਅਪਲਾਈ ਕੀਤਾ ਹੈ ਪਾਕਿਸਤਾਨ ਦੇ ਬੰਗਲਾਦੇਸ਼ੀ ਦੇ ਤੇ ਇੰਡੀਅਨ ਸਿਟੀਜ਼ਨ ਨੇ ਮੈਨੂੰ ਆਲਮੋਸਟ ਹਰ ਕੰਟਰੀ ਦੇ ਸਿਟੀਜ਼ਨ ਦਾ ਨੋਲਾ ਉਸਤਾ ਮੈਂ ਵੇਖਿਆ ਵੇ ਪਾਕਿਸਤਾਨੀਆਂ ਦਾ ਵੀ ਇੰਡੀਅਨਸ ਦਾ ਵੀ ਬੰਗਲਾਦੇਸ਼ ਦੇ ਸਿਟੀਜ਼ਨ ਦਾ ਵੀ ਜਿਹੜੇ ਕਿ ਆ ਰੂਮ ਤੋਂ ਅਪਲਾਈ ਕੀਤੇ ਗਏ ਸਨ ਸੀਜ਼ਨਲ ਵੀ ਨੌਨ ਸੀਜ਼ਨਲ ਵੀ ਤੇ ਆਲਮੋਸਟ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਹੋ ਕਿ ਮੋਸਟਲੀ ਜਿਹੜੇ ਨੋਲਾ ਉਸਤਾ ਨੇ ਉਹ 100 ਨੋਲਾ ਉਸਤਾ ਨਿਕਲਦਾ ਸੀ ਨਾ ਡੇਲੀ ਬੇਸਿਸ ਦੇ ਜਾਂ 24 ਘੰਟਿਆਂ ਦੇ ਵਿੱਚ ਤੇ ਉਹਦੇ ਵਿੱਚੋਂ 100 ਦੇ ਵਿੱਚੋਂ 90 ਨੂੰ ਲਾਉਸਤਾ ਜਿਹੜੇ ਹਨ ਉਹ ਸੀਜ਼ਨਲ ਨੂੰ ਲਾਉਸਤਾ ਹੁੰਦੇ ਨੇ ਐਸ ਟਾਈਮ ਵੀ ਜਿਹੜੀ ਇਸ਼ੂ ਰੇਟਿੰਗ ਚੱਲਣ ਈ ਇਟਲੀ ਦੇ ਸਿਟੀ ਰੂਮ ਦੇ ਵਿੱਚ ਆ ਮੇਰੇ ਦੋ ਤਿੰਨ ਦੋਸਤ ਨੇ ਜਿਹੜੇ ਕਿ ਵਕੀਲ ਨੇ ਉਹਨਾਂ ਨਾਲ ਮੇਰੀ ਗੱਪਸ਼ਪ ਹੁੰਦੀ ਰਹਿੰਦੀ ਏ ਇਮੀਗ੍ਰੇਸ਼ਨ ਦੇ ਰਿਲੇਟਡ ਤੇ ਉਹ ਵੀਰ ਕਹਿੰਦੇ ਸਨ ਕਿ ਅਗਰ 24 ਘੰਟਿਆਂ ਦੇ ਵਿੱਚ ਜਾਂ 8 ਘੰਟਿਆਂ ਦੇ ਵਿੱਚ ਬੜਾ ਹੀ ਫਾਸਟ ਪ੍ਰੋਸੀਜ ਕਰਕੇ ਇਟਲੀ ਦਾ ਜੋ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹ ਸੋਨੋਲੇ ਉਸ ਦਾ ਇਸ਼ੂ ਕਰਦਾ ਹੈ ਨਾ ਵੈਰੀਫਿਕੇਸ਼ਨ ਕਰਦਾ ਨਾ ਤਾਂ ਸੋ ਉਹਦੇ ਵਿੱਚੋਂ 90 ਤੇ ਅਗਰ ਅਸੀਂ ਬੜਾ ਵੀ ਮਿਨੀਮਮ ਰੱਖੀਏ ਕਾਮ ਤੇ 80 ਜਿਹੜੇ ਨੋਲਾ ਉਸ ਤਾਂ ਨੇ ਉਹ ਸੀਜ਼ਨਲ ਨੋਲਾ ਉਸ ਤਾਂ ਹੁੰਦੇ ਨੇ ਨਾਨ ਸੀਜ਼ਨਲ ਨੋਲਾ ਉਸ ਦਾ ਬਹੁਤ ਹੀ ਘੱਟ ਇਸ਼ੂ ਕੀਤੇ ਜਾਂਦੇ ਨੇ ਤੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਸੀਜ਼ਨਲ ਨੋਲਾ ਉਸ ਤਾਂ ਬਹੁਤੇ ਇਸ਼ੂ ਕੀਤੇ ਜਾਂਦੇ ਨੇ ਨਾਨ ਸੀਜ਼ਨਲ ਨੋਲਾ ਉਸ ਤਾਂ ਹਾਈਏ ਤੱਕ ਬਹੁਤ ਹੀ ਘੱਟ ਇਸ਼ੂ ਕੀਤੇ ਗਏ ਨੇ ਤੇ ਜਿਹੜੇ ਵੀਰ ਦਾ ਵੀ ਹਜੇ ਤੱਕ ਉਹਨੇ ਰੂਮ ਸਿਟੀ ਤੋਂ ਆਪਣਾ ਸੀਜ਼ਨਲ ਨਾਨ ਸੀਜ਼ਨਲ ਵੀਜ਼ਾ ਅਪਲਾਈ ਕੀਤਾ ਸੀ ਨੋਲਾ ਉਸ ਦਾ ਅਪਲਾਈ ਕੀਤਾ ਸੀ ਆ ਮੈਨੂੰ ਉਮੀਦ ਹੈ ਕਿ ਹੁਣ ਤੱਕ ਉਹਨੂੰ ਰਿਸਪੌਂਸ ਲੱਗ ਗਿਆ ਹੋਣਾ ਜੇ ਨਹੀਂ ਲੱਗਾ ਤੇ ਉਹ ਥੱਲੇ ਕਮੈਂਟ ਬਾਕਸ ਵਿੱਚ ਮੈਨੂੰ ਪੁੱਛ ਲੈ ਜਾਂ ਫਿਰ ਉਹ ਫੇਸਬੁੱਕ ਦੇ ਉੱਤੇ ਆ ਕੇ ਮੇਰੇ ਨਾਲ ਗੱਲ ਕਰ ਲੈ ਜੋ ਵੀ ਉਹਦੀ ਵੈਰੀਫਿਕੇਸ਼ਨ ਹੋਏਗੀ ਮੈਂ ਕਰਕੇ ਉਹਨੂੰ ਦੱਸ ਸਕਾਂਗਾ ਜੇ ਮੇ ਕੋਈ ਟਾਈਮ ਹੋਇਆ ਤੁਸੀਂ ਫੇਸਬੁੱਕ ਦੇ ਉੱਤੇ ਮੈਨੂੰ ਮੈਸੇਜ ਕਰ ਦਿਓ ਮੈਸੈਂਜਰ ਤੇ ਮੈਂ ਤੁਹਾਡੇ ਨਾਲ ਕਾਲ ਤੇ ਖੁਦ ਗੱਲ ਕਰ ਲਾਂਗਾ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਕੋਈ ਵੀ ਵੀਡੀਓ ਤੁਸੀਂ ਮਿਸ ਨਾ ਕਰ ਸਕੋ ਤੇ ਜਿਨ੍ਹਾਂ ਵੀਰਾਂ ਹਸਨ ਵੀਜ਼ਾ ਇਨਫੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂਗੇ ਵੀ ਰਿਕਵੈਸਟ ਹੈ ਕਿ ਉਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਵੀਡੀਓ ਤੁਸੀਂ ਮਿਸ ਨਾ ਕਰ ਸਕੋ